हलो लो सभी को जय मछी की दोस्तों आपका जीवन का स्वागत है दोस्तों जैसा कि आप सभी जानते थे कि 25 तारीख को क्रिसमस और इकतीस तारीख क्रॉस ओवर नाइट मीटिंग थी क्रॉस ओवर नाइट मीटिंग के एक दिन पहले पोस्टल अंकोनोलॉजी लाइव आए थे जिसमें उन्होंने जो हैवन एंड हेल का प्ले था उसके प्रैक्टिस करा रहे थे तो उस प्रैक्टिस की वीडियो को एक न्यूज़ चैनल दैनिक सवेरा नाम के न्यूज़ चैनल ने अपलोड किया और उस वीडियो को इस तरीके से दिखाया कि कैसे आ, पोस्टर अंकुर रोला की आ, लोगों का धर्म परिवर्तन कराने के लिए लोगों को प्रैक्टिस करा रहे हैं मैं उनको यही कहना चाहूँगा कि अगर आपको व्यूज नहीं आ रहे तो आप किसी की भी वीडियो बिना मतलब के ही डाल दोगे मतलब किसी चीज़ की जानकारी ना होने के बाद भी आप किसी भी वीडियो को डाल दे रहे हो ये न्यूज़ चैनल वाले हमेशा ऐसे ही करते हैं किसी भी बिना किसी चीज़ के ऐसी किसी भी वीडियो को कुछ भी बना के डाल देते हैं या अपने व्यूज़ के लिए ऐसा करते हैं दोस्तों अगर आप इनके चैनल पे जाएंगे तो आपको इनके चैनल पे बहुत सारी न्यूज़ मिलेंगे इधर उधर की और आप देखेंगे उस पर कोई भी व्यू नहीं आया पर जैसे ही पोस्ट अंकलू जी की कोई ख़िलाफ़ व्यू डालते हैं उसको बहुत व्यू आता है तो सिर्फ ये सामने सामने दिख रहा है व्यूज़ वी के लिए कर रहे हैं क्योंकि सामने वीडियो में दिख रहा है कि वो प्रैक्टिस चल रही है और यूट्यूब पर हर एक सबूत है कि वो हैवन एंड हेल्प प्ले हुआ था कोई धर्म आंतर नहीं हो रहा था वहाँ पर दोस्तों मैं अभी आपको एक सिस्टर की वीडियो दिखाता हूँ जिसने जिन्होंने इन इस टॉपिक के ऊपर जवाब दिया है अगर आप ऐसी और वीडियो देखना चाहते हैं तो आप हमारे चैनल को सब्सक्राइब कर लें क्योंकि हम हमेशा सच के लिए खड़े होते हैं अपने स्पिरिचुअल फादर अंकल लिए मिस्ट्री चाहे जो भी मिस्ट्री हो चाहे उनके साथ गलत हो रहा है हमेशा उनके साथ खड़े होते हैं आप ऐसी और वीडियो देखने के लिए आप हमारे चैनल को सब्सक्राइब कर लें प्रभु आप सभी को ब्लेस करें सभी को जय मसी ਬੀਤੇ ਦਿਨਾਂ ਤੋਂ 2-3 ਦਿਨ ਤੋਂ ਇੱਕ ਵੀਡੀਓ ਆ ਅਪੋਸਟਲ ਅਨਕਰਨ ਰੂਲਾ ਜੀ ਮਿਨਿਸਟਰੀ ਦਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਏ ਉਸ ਦੇ ਵਿੱਚ ਕੁਝ ਲੋਕ ਆਪਣੇ ਵਿਊਜ਼ ਦੇ ਚੱਕਰ ਦੇ ਵਿੱਚ ਕੁਝ ਕੈਪਸ਼ਨ ਲਿਖ ਰਹੇ ਆ ਕੁਝ ਕੁਛ ਲਿਖ ਰਹੇ ਆਗੇ ਜੋ ਕਿ ਬਹੁਤ ਹੀ ਗਲਤ ਗੱਲ ਆ ਕਿਉਂਕਿ ਆਪਾਂ ਨੂੰ ਆਪਸੀ ਜਿਹੜੀ ਭਾਈਚਾਰਕ ਸਾਂਝ ਆ ਧਾਰਮਿਕ ਭਾਈਚਾਰਕ ਸਾਂਝ ਆ ਉਸ ਨੂੰ ਬਣਾ ਕੇ ਰੱਖਣਾ ਚਾਹੀਦਾ ਏ ਇਹਦਾ ਵਿਊਜ਼ ਦੇ ਚੱਕਰ ਦੇ ਵਿੱਚ ਇੰਨੀਆਂ ਜਿਹੜੀਆਂ ਭੜੀਆਂ ਹਰਕਤਾਂ ਗਿਆ ਤੁਸੀਂ ਸਾਰੇ ਨਾ ਕਰੋ ਉਹ ਜਿਹੜਾ ਪਲੇ ਹੈਗਾ ਉਹ ਜਿਹੜਾ ਵੀਡੀਓ ਵਾਇਰਲ ਹੋ ਰਿਹਾ ਅਪੋਸਟਲ ਜੀ ਦਾ ਜਿਸ ਦੇ ਵਿੱਚ ਅਪੋਸਟਲ ਜੀ ਅਤੇ ਉਸ ਦੀ ਫੈਮਲੀ ਜਿਹੜਾ ਪਲੇ ਹੈਗਾ ਇਹ ਇੱਕ ਤਰੀਕ ਨੂੰ ਕ੍ਰੋਸਓਵਰ ਨਾਈਟ ਦੇ ਉੱਤੇ ਸਟੇਜ ਉੱਤੇ ਪਲੇ ਕੀਤਾ ਗਿਆ ਸੀਗਾ ਜੋ ਨਵੇਂ ਸਾਲ ਨੂੰ ਮਨਾਇਆ ਜੋ ਨਵੇਂ ਸਾਲ ਦੀ ਰਾਤ ਹੁੰਦੀ ਹੈ ਜੋ 31 ਦੀ ਰਾਤ ਤੇ ਇੱਕ ਤਰੀਕ ਦੀ ਸਵੇਰ ਜਿਹੜੀ 2024 ਦੀ ਆ ਉਸ ਰਾਤ ਨੂੰ ਕ੍ਰੋਸਓਵਰ ਨਾਈਟ ਉਤੇ ਅੰਕਰ ਨਰੂਲਾ ਮਿਨਿਸਟਰੀ ਜੀ ਦੇ ਟੀਮ ਦੇ ਦੁਆਰਾ ਉਹ ਪਲੇ ਆ ਜਿਹੜਾ ਉਸ ਸਟੇਜ ਦੇ ਉੱਤੇ ਲਾਈਵ ਪਲੇ ਕੀਤਾ ਗਿਆ ਸੀ ਜਿਸ ਦਾ ਵੀਡੀਓ ਤੁਹਾਨੂੰ YouTube ਤੇ ਵੀ ਮਿਲ ਜੂਗਾ Facebook ਤੇ ਵੀ ਅੰਕਰਨੁਰਲਮ ਮਿਨਿਸਟਰੀ ਉੱਤੇ ਜਾ ਕੇ ਮਿਲ ਜੂਗਾ ਉਹ ਪਲੇ ਹਾਲੇ ਵੀ ਉਸੇ ਤਰ੍ਹਾਂ ਉਸ ਦੇ ਉੱਤੇ ਪਾਇਆ ਹੋਇਆ ਏ ਇਹ ਕੋਈ ਪਹਿਲਾ ਪਲੇ ਨਹੀਂ ਸੀਗਾ ਜਦੋਂ ਜਦੋਂ ਵੀ ਸਮੇਂ-ਸਮੇਂ ਤੇ ਇਹ ਪਲੇ ਆ ਜਿਹੜੇ ਸਵਰਗ ਅਤੇ ਨਰਕ ਦਾ ਜਿਹੜਾ ਪਲੇ ਹੈਗਾ ਇਹ ਖੇਡਿਆ ਜਾਂਦਾ ਅੰਕਰਨੁਰਲਮ ਮਿਨਿਸਟਰੀ ਦੇ ਦੁਆਰਾ ਹੋਰ ਮਿਨਿਸਟਰੀਆਂ ਦੇ ਦੁਆਰਾ ਉਹੀ ਪਲੇ ਸੀਗਾ ਇਹ ਜਿਹਦੇ ਕੈਰੈਕਟਰਸ ਅਪੋਸਟਲ ਅੰਕਰ ਨਰੂਲਾ ਜੀ ਉਹਨਾਂ ਨੂੰ ਸਮਝਾ ਰਹੇ ਆ ਉਥੇ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਪਹਿਲਾਂ ਅਪੋਸਟਲ ਜੀ ਇੰਸਟਾਗ੍ਰam ਤੇ ਲਾਈਵ ਵੀ ਹੋਏ ਸੀ ਉਸੇ ਲਾਈਵ ਦੇ ਚੱਲਦੇ ਚੱਲਦੇ ਦੌਰਾਨ ਉਹ ਆਪਣੇ ਜਿਹੜੇ ਬੱਚੇ ਸੀਗੇ ਜਿਹੜੀ ਟੀਮ ਸੀਗੀ ਉਹ ਪਲੇ ਦਾ ਪ੍ਰੈਕਟਿਸ ਕਰ ਰਹੇ ਸੀਗੇ ਉਹਨਾਂ ਦੇ ਕੋਲ ਜਾ ਕੇ ਬੈਠੇ ਉਹਨਾਂ ਨੂੰ ਉਹਨਾਂ ਦੇ ਕੈਰੈਕਟਰਸ ਸਮਝਾ ਰਹੇ ਆਗੇ ਕਿ ਕਿਸ ਨੇ ਕਿਸ ਤਰ੍ਹਾਂ ਕਿੱਦਾਂ ਦਾ ਜਿਹੜਾ ਰਿਐਕਸ਼ਨ ਆਗਾ ਦੇਣਾ ਏ ਜਾਂ ਕਿੱਦਾਂ ਦਾ ਐਕਸ਼ਨ ਦੇਣਾ ਏ ਤਾਂ ਕੁਸ਼ਕ ਵਿਊਜ਼ ਦੇ ਚੱਕਰ ਦੇ ਵਿੱਚ ਜਿਹੜੀਆਂ ਆ ਫੇਸਬੁਕੀ ਛੜੇਲਾ ਨੇ ਉਹਨਾਂ ਨੇ ਉਹ ਵੀਡੀਓ ਚੱਕੀ ਉਹਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਕੈਪਸ਼ਨਸ ਲਾਏ ਕਿ ਦੇਖੋ ਜੀ ਇਹ ਤਾਂ ਡਰਾਮਾ ਕਰਦੇ ਆ ਦੇਖੋ ਜੀ ਡਰਾਮਾ ਸਿਖਾਇਆ ਜਾ ਰਿਹਾ ਡਰਾਮਾ ਸਿਖਾਵਾਂਗੇ ਇਸ ਤਰ੍ਹਾਂ ਲਾਈਵ ਹੋ ਕੇ ਸਿਖਾਇਆ ਜਾਵੇਗਾ ਪਹਿਲਾਂ ਪੋਸਟਲ ਜੀ 4 ਘੰਟੇ ਪਹਿਲਾਂ ਇੱਕ ਮੈਸੇਜ ਪਾਉਣਗੇ ਕਿ ਇੰਸਟਾ ਤੇ ਅੱਜ ਲਾਈਵ ਹੋਇਆ ਜਾਵੇਗਾ ਇਹ ਕਿਸੇ ਨੂੰ ਡਰਾਮਾ ਸਿਖਾਉਣਾ ਏ ਉਹਲੇ ਦੇ ਵਿੱਚ ਸਿਖਾਇਆ ਜਾਊਗਾ ਪਰ ਪਰਮੇਸ਼ਵਰ ਦੇ ਕੰਮ ਉਹਲੇ ਦੇ ਵਿੱਚ ਨਹੀਂ ਹੋਣਗੇ ਪਰਮੇਸ਼ਵਰ ਦੀਆਂ ਗਵਾਹੀਆਂ ਉਹਲੇ ਦੇ ਵਿੱਚ ਨਹੀਂ ਹੋਣਗੀਆਂ ਪਰਮੇਸ਼ਵਰ ਖੁੱਲੇ ਦਿਲ ਨਾਲ ਕੰਮ ਕਰਦਾ ਏ ਤਾਂ ਉਹ ਜਿੰਨਾ ਕੁਝ ਵੀ ਸੀਗਾ ਇੱਕ ਪਲੇ ਦਾ ਰੋਲ ਆਗਾ ਉਹ ਜਿਹੜਾ ਵੀ ਉੱਥੇ ਅਪੋਸਟਲ ਜੀ ਆਪਣੀ ਟੀਮ ਨੂੰ ਸਮਝਾ ਰਹੇ ਆ ਉਹ ਪਲੇ ਹਾਲੇ ਵੀ YouTube ਉੱਤੇ ਵੀ ਆ ਮੈਂ ਵੀ ਉਹਦਾ ਲਿੰਕ ਅਪਲੋਡ ਕਰਾਂਗੀ ਉਹ ਵੀਡੀਓ ਤਾਂ ਆਪ ਸਭ ਦੇ ਸਾਹਮਣੇ ਹੈਗਾ ਹੀ ਹੈਗਾ ਅਪੋਸਟਲ ਜੀ ਆਪਣੇ ਰੋਲ ਨੂੰ ਸਮਝਾ ਰਿਹਾ ਐ ਐਕਸ਼ਨ ਨੂੰ ਰਿਐਕਸ਼ਨ ਨੂੰ ਸਮਝਾ ਰਿਹਾ ਐ ਟੀਮ ਨੂੰ ਤਾਂ ਉਸ ਦੇ ਉੱਤੇ ਤੁਸੀਂ ਕਿੱਦਾਂ ਦੇ ਰਿਐਕਸ਼ਨਸ ਦੇ ਰਹੇ ਹੋ ਕਿ ਇਹ ਤਾਂ ਜੀ ਡਰਾਮਾ ਕਰਦੇ ਆ ਇਹ ਕੋਈ ਡਰਾਮਾ ਨਹੀਂ ਆ ਹਾਂ ਉੱਥੇ ਡਰਾਮਾ ਖੇਡਿਆ ਗਿਆ ਸੀਗਾ 31 ਤਰੀਕ ਦੀ ਰਾਤ ਨੂੰ ਨਰਕ ਅਤੇ ਸਵਰਗ ਦਾ ਡਰਾਮਾ ਜਿਹੜਾ ਉਹ ਸਭ ਨੂੰ ਦਿਖਾਇਆ ਗਿਆ ਸੀਗਾ ਠੀਕ ਆ ਲੱਖਾਂ ਦੇ ਵਿੱਚੋਂ ਉਸ ਨੂੰ ਲੈ ਕੇ ਲੋਕ ਉੱਥੇ ਪਹੁੰਚੇ ਸਨ ਉਹਨਾਂ ਨੇ ਸਾਰਿਆਂ ਨੇ ਦੇਖਿਆ ਠੀਕ ਆ ਤਾਂ ਇਹ ਪਰਮੇਸ਼ਵਰ ਦੇ ਕੰਮ ਉਹ ਲਿਵ ਵਿੱਚ ਨਹੀਂ ਹੁੰਦੇ ਇਹ ਡਰਾਮਾ ਨਹੀਂ ਸੀਗਾ ਕੋਈ ਵੀ ਉਹਨਾਂ ਨੂੰ ਰੋਲ ਆ ਜਿਹੜਾ ਉਹ ਪਲੇ ਕਰਨ ਦੇ ਵਾਸਤੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਇਹ ਰੋਲ ਪਲੇ ਆ ਜਿਹੜੇ ਉਹ ਡਰਾਮੇ ਜੋ ਵੀ ਖਿਡਿਆ ਜਾਂਦਾ ਹੈ ਉਥੇ ਪਲੇ ਕੀਤਾ ਜਾਂਦਾ ਹੈ ਉਸ ਸਾਲ ਦੇ ਵਿੱਚ ਘਟਕੜ ਤਿੰਨ ਚਾਰ ਵਾਰ ਹੁੰਦਾ ਹੈ ਇਹ ਗਲਤੀ ਨਾਲ ਕਿਸੇ ਨੇ ਵੀਡੀਓ ਉਥੋਂ ਚੱਕ ਲਈ ਜਾਂ ਤੁਸੀਂ ਉਥੋਂ ਲੈ ਲਈ ਤਾਂ ਉਹਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਕੈਪਸ਼ਨ ਲਾ ਕੇ ਬੜੇ ਵੱਖਰੇ ਤਰੀਕੇ ਨਾਲ ਜੀ ਇਹ ਤਾਂ ਡਰਾਮਾ ਕਰਦੇ ਆ ਇਹ ਕੋਈ ਡਰਾਮਾ ਨਹੀਂ ਆ ਉਥੇ ਪਲੇ ਖੇਡਿਆ ਗਿਆ ਸੀ ਉਹਦੇ ਕੈਰੈਕਟਰਸ ਨੇ ਜਿਨ੍ਹਾਂ ਨੂੰ ਅਪੋਸਟਲ ਅੰਕਰ ਨਰੂਲਾ ਜੀ ਜੋ ਅੱਜ ਦੀ ਬਹੁਤ ਵੱਡੀ ਹਸਤੀ ਆ ਪਰਮੇਸ਼ਵਰ ਦੇ ਦਾਸ ਨੇ ਉਹ ਖੁਦਾ ਉਹਨਾਂ ਨੂੰ ਬਹੁਤ ਚੰਗੇ ਤਰੀਕੇ ਨਾਲ ਇਸਤੇਮਾਲ ਕਰ ਰਿਹਾ ਏ ਤਾਂ ਪਰਮੇਸ਼ਵਰ ਦੇ ਦਾਸ ਨੂੰ ਚੰਗਾ ਮਾੜਾ ਨਾ ਬੋਲੋ ਉਹਨਾਂ ਦੀ ਮਿਨਿਸਟਰੀ ਨੂੰ ਚੰਗਾ ਮਾੜਾ ਨਾ ਬੋਲੋ ਇਹ ਇੱਕ ਪਲੇ ਸੀਗਾ ਇਹ ਪਲੇ ਹਮੇਸ਼ਾ ਇਦਾਂ ਹੀ ਖੇਡੇ ਜਾਣਗੇ ਠੀਕ ਆ ਇਹ ਪਲੇ ਆ ਮੇਰੇ ਕੋਲ ਵੀ ਚੱਲ ਰਿਹਾ ਏ ਤੁਸੀਂ ਤਾਂ ਇਹ ਪਲੇ YouTube ਤੇ ਵੀ ਹੈਗਾ Facebook ਤੇ ਵੀ ਹੈਗਾ ਕੁਝ ਲਿੰਕ ਮੈਂ ਵੀ ਅਪਲੋਡ ਕਰ ਦੂੰਗੀ ਸਾਰੇ ਦੇਖ ਲੈਣ ਇਹ ਕੋਈ ਡਰਾਮਾ ਨਹੀਂ ਆ ਅਪੋਸਟਲ ਜੀ ਦਾ ਇੱਕ ਰੀਅਲ ਲਾਈਵ ਉੱਥੇ ਇੱਕ ਨਾਟਕ ਕੀਤਾ ਗਿਆ ਸੀ ਪਲੇ ਕੀਤਾ ਗਿਆ ਸੀ ਜਿਸ ਦੇ ਵਿੱਚ ਨਰਕ ਅਤੇ ਸਵਰਗ ਦੀ ਜਿਹੜੀ ਜਾਣਕਾਰੀ ਹੈ ਪਵਿੱਤਰ ਬਾਈਬਲ ਦੇ ਅਨੁਸਾਰ ਸਾਰੇ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਜੋ ਉੱਥੇ ਮੌਜੂਦ ਸਨ ਅਤੇ ਲੱਖਾਂ ਲੋਕਾਂ ਨੇ YouTube ਉੱਤੇ ਆਨਲਾਈਨ Facebook ਉੱਤੇ ਉਸ ਮੀਟਿੰਗ ਨੂੰ ਅਟੈਂਡ ਕੀਤਾ ਅਤੇ ਬਰਕਤਾਂ ਨੂੰ ਗ੍ਰਹਿਣ ਕੀਤਾ ਤਾਂ ਇਹ ਮੀਟਿੰਗ ਦਾ ਹਿੱਸਾ ਸੀ ਇੱਕ ਜਿਸ ਨੂੰ ਤੁਸੀਂ ਅਲੱਗ-ਅਲੱਗ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਲਿਆ ਕੇ ਆਪਣੀ ਭਾਈਚਾਰਕ ਸਾਂਝ ਨੂੰ ਅਤੇ ਆਪਣੀ ਪੰਜਾਬ ਦੇ ਵਿੱਚ ਧਾਰਮਿਕਤਾ ਨੂੰ ਅਤੇ ਧਾਰਮਿਕਤਾ ਸ਼ਾਂਤੀ ਨੂੰ ਤੁਸੀਂ ਜਿਹੜਾ ਪੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਅਜਿਹਾ ਨਾ ਕਰੋ ਅਜਿਹਾ ਨਾ ਹੋਵੇ ਕਿ ਇਸ ਦਾ ਸਿੱਟਾ ਬਹੁਤ ਹੀ ਭੈੜਾ ਨਿਕਲ ਕੇ ਆਵੇ ਕਿਉਂਕਿ ਆਪਾਂ 84 ਵੀ ਦੇਖੀ ਆ ਬਹੁਤ ਸਾਰੀਆਂ ਪ੍ਰੋਬਲਮਾਂ ਦੇਖੀਆਂ ਨੇ ਤਾਂ ਉਹਨਾਂ ਚੀਜ਼ਾਂ ਨੂੰ ਆ ਜ਼ਰੂਰੀ ਆ ਬਾਈਬਲ ਦੇ ਅਨਸਾਰ ਉਹ ਚੀਜ਼ਾਂ ਦੁਆਰਾ ਦੁਹਰਾਈਆਂ ਜਾਣਗੀਆਂ ਸਮਾਂ ਇੱਕ ਵਾਰ ਇੱਕ ਆਪਣੇ ਆਪ ਨੂੰ ਫਿਰ ਤੋਂ ਦੁਹਰਾਉਂਦਾ ਏ ਪਰ ਉਹ ਇੰਨਾ ਕਾਲੀ ਨਾ ਕਰੋ ਕਿ ਤੁਹਾਡੇ ਹੱਥੋਂ ਇਹ ਕੰਮ ਹੋ ਜਾਵੇ ਠੀਕ ਹੈ ਤਾਂ ਪਲੀਜ਼ ਸਾਰੇ ਆਪਣੇ ਆਪ ਨੂੰ ਆਪਣੀ ਸ਼ਾਂਤੀ ਨੂੰ ਬਣਾ ਕੇ ਰੱਖੋ ਵਿਊ ਦੇ ਚੱਕਰ ਵਿੱਚ ਇੰਨਾ ਨਾ ਜਾਓ ਵਿਊ ਦੇ ਚੱਕਰ ਵਿੱਚ ਇੰਨਾ ਨਾ ਜਾਓ ਫੇਮ ਲੈਣ ਦੇ ਚੱਕਰ ਚ ਇੰਨਾ ਨਾ ਜਾਓ ਕਿ ਕਿਸੇ ਧਾਰਮਿਕ ਦੀਆਂ ਧਾਰਮਿਕ ਭਾਵਨਾਵਾਂ ਨੂੰ ਤੁਸੀਂ ਠੇਸ ਪਹੁੰਚਾ ਦੇਮ ਤੇ ਉਸ ਦਾ ਸਿੱਟਾ ਨਿਕਲ ਕੇ ਬੁਰਾ ਆਵੇ ਠੀਕ ਹੈ ਪਹਿਲਾ ਵਾਲੇ ਮਸਲੇ ਹਲੇ ਨਿਬੜੇ ਨਹੀਂ ਆ ਵਿਚੀ ਫਿਰਦੇ ਆ ਉਹਨਾਂ ਦਾ ਰਿਜ਼ਲਟ ਵੀ ਦੇਖਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਮਿਲ ਜਾਵੇਗਾ ਕਿਉਂਕਿ ਪੋਸਟਲ ਜੀ ਦੀ ਪ੍ਰੋਫੈਸੀ ਹੋਈ ਹੈ ਕਿ ਵਿਟਰੀ ਦਾ ਈਅਰ ਆ ਠੀਕ ਹੈ ਤਾਂ ਆਪ ਸਭ ਆਪਣਾ ਆਪਣਾ ਖਿਆਲ ਰੱਖੋ ਆਪਣਾ ਜਿਹੜਾ ਨੈਟਵਰਕ ਬਹੁਤ ਚੰਗੀ ਚੀਜ਼ ਵੀ ਹੈ ਤੇ ਬਹੁਤ ਬੁਰੀ ਚੀਜ਼ ਵੀ ਹੈ ਇਸ ਦੇ ਪ੍ਰਭਾਵ ਆਪ ਸਭ ਜਾਣਦੇ ਹੋ ਤਾਂ ਥੋੜਾ ਜਿਹਾ ਧਿਆਨ ਨਾਲ ਰਹੋ ਕਿਸੇ ਦੀਆਂ ਭਾਵਨਾਵਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੋ ਅੱਜ ਲੱਖਾਂ ਦੀ ਤਦਾਦ ਵਿੱਚ ਪੂਰੀ ਦਿੱਲੀਆ ਦੇ ਵਿੱਚ ਅਪੋਸਟਲ ਜੀ ਦੇ ਜਿਹੜੀ ਮਿਨਿਸਟਰੀ ਦੇ ਨਾਲ ਲਿੰਕੜ ਲੋਕ ਨੇ ਉਹਨਾਂ ਨਾਲ ਅਜਿਹਾ ਨਾ ਕਰੋ ਠੀਕ ਹੈ ਇਹ ਵੀਡੀਓ ਦਾ ਇੱਕ ਮਤਲਬ ਪਲੇ ਦਾ ਇੱਕ ਹਿੱਸਾ ਸੀਗਾ ਉਹਦੇ ਕੈਰੈਕਟਰਸ ਅਪੋਸਟਲ ਜੀ ਉਹਨਾਂ ਨੂੰ ਸਮਝਾ ਰਹੇ ਨੇ ਤੇ ਹਮੇਸ਼ਾ ਸਮਝਾਉਂਦੇ ਰਹਿਣਗੇ ਜਿੱਥੇ ਵੀ ਅਸੀਂ ਗਲਤ ਹੋਏ ਸਾਨੂੰ ਡਾਂਟਦੇ ਵੀ ਰਹਿੰਦੇ ਨੇ ਠੀਕ ਆ ਬਹੁਤ ਵਧੀਆ ਲੱਗਦਾ ਏ ਤਾਂ ਕੋਈ ਗੱਲ ਨਹੀਂ ਸਭ ਕੁਝ ਸਭ ਨੂੰ ਗੋਡ ਬlesਸ ਯੂ ਆਲ ਪਰਮੇਸ਼ਵਰ ਸਭ ਨੂੰ ਅਸ਼ੀਸ਼ ਦੇਵੇ ਜਿਨ੍ਹਾਂ ਨੇ ਵੀ ਇਹ ਵੀਡੀਓ ਵਾਇਰਲ ਕੀਤਾ ਕਿਉਂਕਿ ਇਹ ਵੀ ਇੱਕ ਪ੍ਰਚਾਰ ਦਾ ਤਰੀਕਾ ਹੀ ਆ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਕਿਸੇ ਨੇ ਕੀਤਾ ਸੀਗਾ ਇੰਨਾ ਪ੍ਰਚਾਰ ਪੰਜਾਬ ਦੇ ਵਿੱਚ ਕਦੇ ਨਹੀਂ ਸੀ ਹੋਇਆ ਜਿੰਨਾ ਪਿਛਲੇ ਸਮੇਂ ਦੇ ਦੌਰਾਨ ਹੋਇਆ ਸੀਗਾ ਤਾਂ ਇਹ ਵੀ ਇੱਕ ਤੁਸੀਂ ਪ੍ਰਚਾਰ ਜਿੰਨਾ ਕਿ ਸਾਡੇ ਤੋਂ ਰਹਿ ਗਿਆ ਕ੍ਰਿਸਮਸ ਦੇ ਦਿਨਾਂ ਵਿੱਚ ਅਸੀਂ ਪ੍ਰਚਾਰ ਕੀਤਾ 2 ਮਹੀਨੇ ਜਿੰਨਾ ਸਾਡੇ ਤੋਂ ਰਹਿ ਗਿਆ ਉਹ ਤੁਸੀਂ ਇੱਕ ਤਰੀਕ ਤੋਂ ਬਾਅਦ ਇਹ ਵੀਡੀਓ ਵਾਇਰਲ ਕਰਕੇ ਤੁਸੀਂ ਪ੍ਰਚਾਰ ਕੀਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਗੋਡ ਬlesਸ ਯੂ ਆਲ ਇਹ ਵੀਡੀਓ ਅਪੋਸਟਲ ਜੀ ਦਾ ਐਪੋਸਟਲ ਜੀ ਨੂੰ ਅਸੀਂ ਪਿਆਰ ਕਰਦੇ ਆਂ ਕਰਦੇ ਰਹਿਾਂਗੇ ਖੁਦਾ ਦੇ ਦਾਸ ਨੇ ਉਹ ਉਹਨਾਂ ਕੋਲੋਂ ਅਸੀਂ ਬਾਣੀ ਸੁਣਦੇ ਆਂ ਹਮੇਸ਼ਾ ਸੁਣਦੇ ਰਹਿਾਂਗੇ ਉਹਨਾਂ ਦਾ ਜਿੰਨਾ ਵੀ ਸੁਖਸਮਾਚਾਰ ਹੈ ਪਰਮੇਸ਼ਵਰ ਦਾ ਜਿੰਨੀਆਂ ਉਹ ਗਾਈਡ ਲਾਈਨਸ ਸਾਨੂੰ ਦਿੰਦੇ ਨੇ ਕਿ ਪ੍ਰਚਾਰ ਇਦਾਂ ਕਰਨਾ ਹੈ ਅਸੀਂ ਕਰਦੇ ਰਹਿਾਂਗੇ ਪ੍ਰਚਾਰ ਰੁਕਣ ਵਾਲੀ ਗੱਲਬਾਤ ਨਹੀਂ ਆ ਇਹ ਪਲੇ ਦਾ ਹਿੱਸਾ ਸੀਗਾ ਅਤੇ ਅਜਿਹੇ ਪਲੇ ਹੋ ਸਕਦਾਉਣ ਨਾਲ ਦਿਨਾਂ ਵਿੱਚ ਤੁਹਾਨੂੰ ਹੋਰ ਅੰਕਰ ਨਰੂਲਾ ਮਿਨਿਸਟਰੀ ਤੋਂ ਆ ਦੇਖਣ ਨੂੰ ਮਿਲ ਜਾਣ ਤੇ ਮਿਲਣਗੇ ਵੀ ਜ਼ਰੂਰ ਕਿਉਂਕਿ ਜੋ ਵੀ ਗੱਲਬਾਤ ਹੁੰਦੀ ਆ ਸਾਡੇ ਧਿਆਨ ਚ ਹੁੰਦੀ ਆ ਪੋਸਟਲ ਜੀ ਦੇ ਧਿਆਨ ਦੇ ਵਿੱਚ ਹੁੰਦੀ ਆ ਸਾਰਿਆਂ ਨੂੰ ਮਿਹਰਬਾਨੀ ਜਿਨ੍ਹਾਂ ਨੇ ਵੀ ਵੀਡੀਓ ਸ਼ੇਅਰ ਕੀਤਾ ਐਂਡ ਜਿਨ੍ਹਾਂ ਨੇ ਉਹ ਗਲਤ ਕੈਪਸ਼ਨ ਲਿਖਿਆ ਹੋ ਆਪਣੇ ਆਪਣੇ ਕੈਪਸ਼ਨਸ ਨੂੰ ਬਦਲੋ ਜੋ ਵੀ ਤੁਹਾਡਾ ਪ੍ਰਚਾਰ ਕਰਨ ਦਾ ਤਰੀਕਾ ਹੈ ਉਹ ਤੁਸੀਂ ਚੰਗੀ ਤਰ੍ਹਾਂ ਨਾਲ ਕਰੋ ਪ੍ਰਚਾਰ ਕਾਸੇ ਦਾ ਵੀ ਕਰ ਰਹੇ ਹੋ ਕਿਸੇ ਵੀ ਧਰਮ ਦਾ ਕਰ ਰਹੇ ਹੋ ਪ੍ਰਚਾਰ ਨੂੰ ਚੰਗੀ ਤਰੀਕੇ ਦੇ ਨਾਲ ਕਰੋ ਐਂਡ ਇਸ ਦੇ ਨਾਲ ਇੱਕ ਵੀਡੀਓ ਹੋਰ ਪਿੱਛੇ ਜੇ ਵਾਇਰਲ ਹੋ ਰਿਹਾ ਇੱਕ ਪੁਲਿਸ ਵਾਲੀ ਕੁੜੀ ਹੈਗੀ ਉਹ ਚੱਚ ਦੇ ਵਿੱਚ ਜਾ ਰਹੀ ਹੈਗੀ ਤਾ ਉਹਦੇ ਪਿੱਛੇ ਚਰਚ ਨੂੰ ਗੁਰਦੁਆਰਾ ਸ਼ੋਅ ਕਰਨ ਦੀ ਕੋਸ਼ਿਸ਼ ਵਿਊ ਦੇ ਚੱਕਰ ਦੇ ਵਿੱਚ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਇਹ ਚਰਚ ਨਹੀਂ ਗੁਰਦੁਆਰਾ ਏ ਅਤੇ ਗੁਰਦੁਆਰੇ ਦੇ ਵਿੱਚ ਕੁੜੀ ਨੰਗੇ ਸਿਰ ਹਾਲਾਂਕਿ ਬਾਈਬਲ ਦੇ ਵਿੱਚ ਵੀ ਕੁੜੀਆਂ ਨੂੰ ਸਿਰ ਟਕਣਾ ਲਾਜ਼ਮੀ ਕਿਹਾ ਗਿਆ ਏ ਪਰ ਇਸ ਦੇ ਨਾਲ ਹੀ ਉਹ ਕੁੜੀ ਚਲੋ ਚਰਚ ਦੇ ਵਿੱਚ ਗਈ ਉਹ ਉੱਥੇ ਨਤਮਸਤਕ ਖੁਦਾ ਦੇ ਸਾਹਮਣੇ ਨਹੀਂ ਹੋਈ ਆ ਉਹ ਦੂਰੋਂ ਤੋਂ ਹੀ ਮੁੜੀ ਆਉਂਦੀ ਹੈਗੀ ਤਾਂ ਉਹ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਨੇ ਲਿਖਿਆ ਏ ਕਿ ਇਹ ਕਿੱਦਾਂ ਨੂੰ ਕਿੱਧਰ ਨੂੰ ਲੋਕ ਚੱਲ ਰਹੇ ਨੇ ਉਹਦੇ ਉੱਤੇ ਵੀ ਕੈਪਸ਼ਨ ਬਦਲੇ ਜਾ ਰਹੇ ਆ ਸਾਊਂਡ ਬਦਲਿਆ ਜਾ ਰਿਹਾ ਏ ਤਾਂ ਉਹ ਵੀ ਚਰਚ ਦਾ ਵੀਡੀਓ ਆ ਉਸ ਨੂੰ ਗੁਰਦੁਦਵਾਰ ਕਰਕੇ ਤੁਸੀਂ ਆਪਣਾ ਵੀਊ ਦੇ ਚੱਕਰ ਚ ਨਾ ਪਵੋ ਤੇ ਉਸ ਦੇ ਨਾਲ ਹੀ ਉਹਦੇ ਜਿਹੜੇ ਮਤਲਬ ਆ ਧਾਰਮਿਕ ਸਾਂਝਤਾਏ ਜਿਹੜੀ ਆਪਣੀ ਭਾਈਚਾਰਕ ਸਾਂਝ ਆ ਗਈ ਸ਼ਾਂਤੀ ਆ ਗਈ ਉਸ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੋ ਪਲੀਜ਼ ਹalleluja ਜਮਸੀ ਦੀ ਸਾਰਿਆਂ ਨੂੰ ਗੋਡ ਬlesਸ ਯੂ ਜਿਨ੍ਹਾਂ ਨੇ ਵੀ ਬੋਚ ਕੀਤਾ ਜਿਨ੍ਹਾਂ ਨੇ ਵੀ ਹੁਣ ਸ਼ੇਅਰ ਕਰਨਗੇ ਗੋਡ ਬlesਸ ਯੂ ਆਲ ਤੇ ਪਰਮੇਸ਼ਵਰ ਅੰਕੁਰ ਨੂ ਲਾ ਮਿਨਿਸਟਰੀ ਨੂੰ ਆਸ਼ੀਸ਼ ਦੇਵੇ ਬਰਕਤ ਦੇਵੇ ਸਾਡੇ ਫਾਦਰ ਜੀ ਦੀ ਚਰਚਾ ਉਹ ਐਂਡ ਪੂਰੇ ਏਸ਼ੀਆ ਦੀ ਨੰਬਰ 1 ਚਰਚਾ ਉਹ ਤੇ ਅਸਟਮ ਇੰਡੀਆ ਦੀ ਨੰਬਰ 1 ਚਰਚਾ ਤੇ ਪੂਰੇ ਵਰਲਡ ਦੀ ਥਰਡ బిਗੇਸਟ ਚਰਚਾ ਖੁਦਾ ਉਸ ਨੂੰ ਬਰਕਤ ਦੇਵੇ ਅੱਗੇ ਵਧਾਵੇ ਖੁਦਾ ਆਪਣੇ ਮਕਸਦ ਦੇ ਵਿੱਚ ਉਸ ਨੂੰ ਅੱਗੇ ਵਧਾਵੇ ਅਤੇ ਸਾਨੂੰ ਛੋਟੇ-ਛੋਟੇ ਦਾਸਾਂ ਨੂੰ ਦਾਸੀਆਂ ਨੂੰ ਵੰਝੇ ਲਿਸਟਰਸ ਨੂੰ ਅਪੋਸਟਲਸ ਨੂੰ ਪ੍ਰੋਫਿਟਸ ਨੂੰ ਖੁਦਾ ਬਰਕਤ ਦੇਵੇ ਅਤੇ ਆਪਣੇ ਮਕਸਦ ਦੇ ਵਿੱਚ ਇਸਤੇਮਾਲ ਕਰੇ ਜੈਮਸੀ ਦੀ ਗੋਡ ਬlesਸ ਯੂ ਦੋਸਤੋ ਆਪਕੋ ਇਸ ਵੀਡੀਓ ਕੈਸੇ ਲਗੀ ਰਹਾ ਅਗਰ ਆਪਕੋ ਇਸ ਵੀਡੀਓ ਅਚੀ ਲਗੀ ਵੀਡੀਓ ਕੋ ਸ਼ੇਅਰ ਕਰੇ ਲਾਈਕ ਕਰੇ ਪਰਬੋਸੇ ਕੋ ਬlesਸ ਕਰੇ हलो सभी को जय मछी की दोस्तों आपका जीवन का स्वागत है दोस्तों जैसा कि आप सभी जानते थे कि 25 तारीख को क्रिसमस और इकतीस तारीख क्रॉस ओवर नाइट मीटिंग थी क्रॉस ओवर नाइट मीटिंग के एक दिन पहले पोस्टर अंक्रॉजी लाइव आए थे जिसमें उन्होंने जो हैवन एंड हेल का प्ले था उसके प्रैक्टिस करा रहे थे तो उस प्रैक्टिस की वीडियो को एक न्यूज़ चैनल दैनिक सवेरा नाम के न्यूज़ चैनल ने अपलोड किया और उस वीडियो को इस तरीके से दिखाया कि कैसे आ, पोस्टर अंकुर रोला कि लोगों का धर्म परिवर्तन कराने के लिए लोगों को प्रैक्टिस करा रहे हैं मैं उनको यही कहना चाहूँगा कि अगर आपको व्यूज नहीं आ रहे तो आप किसी की भी वीडियो बिना मतलब के ही डाल दोगे मतलब किसी चीज़ की जानकारी ना होने के बाद भी आप किसी भी वीडियो को डाल दे रहे हो ये न्यूज़ चैनल वाले हमेशा ऐसे ही करते हैं किसी भी बिना किसी चीज़ के ऐसी किसी भी वीडियो को कुछ भी बना के डाल देते हैं या अपने व्यूज़ के लिए ऐसा करते हैं दोस्तों अगर आप इनके चैनल पे जाएंगे तो आपको इनके चैनल पे बहुत सारी न्यूज़ मिलेंगी इधर उधर की और आप देखेंगे उस पर कोई भी व्यू नहीं आया पर जैसे ही पोस्ट अंफ्लू जी की कोई ख़िलाफ़ वीडियो डालते हैं उसको बहुत व्यू आता है तो सिर्फ ये सामने सामने दिख रहा है व्यूज़ वी के लिए कर रहे हैं क्योंकि सामने वीडियो में दिख रहा है कि वो प्रैक्टिस चल रही है और यूट्यूब पे हर एक सबूत है कि वो हेवन एंड हेल्प प्ले हुआ था कोई धर्मांतर नहीं हो रहा था वहाँ पर दोस्तों मैं अभी आपको एक सिस्टर की वीडियो दिखाता हूँ जिसने जिन्होंने इन इस टॉपिक के ऊपर जवाब दिया है अगर आप ऐसी और वीडियो देखना चाहते हैं तो आप हमारे चैनल को सब्सक्राइब कर लें क्योंकि हम हमेशा सच के लिए खड़े होते हैं अपने स्पिरिचुअल फादर अंकल लिए मिस्ट्री चाहे जो भी मिस्ट्री हो चाहे उनके साथ गलत हो रहा है हमेशा उनके साथ खड़े होते हैं आप ऐसी और वीडियो देखने के लिए आप हमारे चैनल को सब्सक्राइब कर लें प्रभु आप सभी को ब्लेस करें सभी को जय मुसी